ਵਰਨ ਇਹ ਡੇਰਾ ਜੋਧਾਂ ਦਾ ਮਸੂਰੀਆਂ ਦਾ ਡੇਰਾ ਹੈ ਅਸੀਂ ਬਾਬੇ ਸਤੋਬੀ ਦੀ ਔਲਾਦ ਪੁੱਤਰ ਸੀ ਮਸੂਰ ਉਹਦੀ ਔਲਾਦ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਅਸਾਲ ਦੇ ਨਾਂ ਗੁਰਬਖ ਸਿੰਘ ਸੁੰਦਰ ਸਿੰਘ ਭਗਵਾਨ ਸਿੰਘ ਹਜੂਰ ਸਿੰਘ ਇਹ ਬੰਗਲੇ ਵਾਲੇ ਸਨ ਬੰਗਲੇ ਸੀ ਇਹਨਾਂ ਦੇ ਅਤੇ ਨਾਲ ਉਦੋਂ ਲਾਂਦੇ ਇਹਦੇ ਨਾਂ ਸੀ ਖੜਕ ਸਿੰਘ ਦਿਆਲ ਸਿੰਘ ਅਤੇ ਮੱਲਾ ਸਿੰਘ ਤਿੰਨ ਭਰਾ ਇਹ ਸਨ ਸਹੀ ਖੜ ਉਹਦੇ ਘਰ ਦੇ ਇਹਨਾਂ ਨੇ ਰਿਆਜ ਕੇ ਫੌਜੀ ਅਤੇ ਆਪਣਾ ਨੰਬਰ ਦੱਸ ਦਿਓ ਮੈਨੂੰ ਜਿਹਦੇ 'ਚ ਰਾਬਤਾ ਕਰ ਲੈਣਾ ਜਾਂ ਕੋਈ ਤੁਹਾਡਾ 303 ਪਹਿਲੇ 92 ਲੱਗੇਗਾ ਨਾ 303 45 97 790 ਚਲੋ ਜੀ ਅਗਰ ਕੋਈ ਰਾਬਤਾ ਕਰੇ ਇਨਸ਼ਾਅੱਲਾ ਤੁਹਾਡੇ ਤੁਹਾਨੂੰ ਪਤਾ ਮੁਸਲਮਾਨ ਆ ਅਸੀਂ ਮੁਸਲਮਾਨ ਜੀ ਪੁਰਾਣੇ ਵਕਤਾਂ ਦਾ ਛੱਪੜ ਸੀ ਲੈਂਦੇ ਪਾਸੇ ਦਾ ਛੱਪੜ ਹੈ ਜੀ ਦਰਬਾਰ ਬਾਬਾ ਸੱਤੂ ਪੀਰ ਦੇ ਦਰਬਾਰ ਦੇ ਨਾਲ ਛੱਪੜ ਸੀ ਉਹ ਹੁਣ ਇੱਥੇ ਆਬਾਦੀ ਹੈ ਪੂਰਿਆ ਗਿਆ ਇੱਕ ਹੈ ਦਰਬਾਰ ਹੈ ਜੀ ਜੀ ਪੁਰਾਣਾ ਘਰ ਹੈ ਬੰਨ ਪਿੰਡ ਦੇ ਵਿੱਚ ਪਿੰਡੋਂ ਲਹਿੰਦੇ ਪਾਸੇ ਘਰ ਹੈ ਇੱਕ ਛੋਟੀ ਜਿੱਟ ਦਾ ਘਰ ਹੈ ਇਹ ਕੋਈ ਪਤਾ ਕਿਹਨਾਂ ਦਾ ਘਰ ਸੀ ਮੋਟੇ ਸਿੱਖ ਇਹ ਜੀ ਉੱਚੀ ਗਲੀ ਹੈ ਇਹਦੇ ਵਿੱਚ ਘਰ ਸੀ ਇਹ ਜੀ ਪੁਰਾਣਾ ਦਰਵਾਜ਼ਾ
ਜੀ ਪੁਰਾਣਾ ਛਜਰਾ ਹੈ ਜੀ ਪਿੰਡ ਵਰਨ ਦਾ ਖਾਸ ਕਰਕੇ ਸਾਰੀ ਖਾਨਦਾਨ ਦਾ ਜੀ ਬਾਬੇ ਸੱਤੂ ਦਾ ਸ਼ਜਰਾ ਨਸਬ ਲਿਖਿਆ ਉਰਦੂ ਚ ਵਰਨਾ ਦੇ ਬਾਬਾ ਜੀ ਦਾ ਸ਼ਜਰਾ ਨਸਬ ਸੱਤੂ ਪੀਰ ਸਾਹਿਬ ਲਕਬ ਪੀਰ ਸਾਰੇ ਪਿੰਡ ਪਟ ਜੀ ਦਰਸ਼ਨ ਸਿੰਘ ਜੀ ਉਸ ਵੇਲੇ ਬਾਬਾ ਮੋਜ ਨੂੰ ਆਇਆ ਸੀ ਖੱਤ ਇੰਡੀਆ ਤੋਂ ਬਾਬਾ ਸੱਤੂ ਪੀਰ ਦੇ ਪੁਰਾਣੇ ਮੀਰ ਆਲਮ ਨੇ ਅਤੇ ਇਹਨਾਂ ਕੋਲ ਛਜਰਾ ਮਿਲਿਆ ਸਾਨੂੰ 1936 ਦਾ ਛਜਰਾ ਬਣਿਆ ਜੀ ਜਿਹੜਾ ਉਹਨਾਂ ਕੋਲ ਅੱਜ ਵੀ ਮਹਿਫੂਜ਼ ਉਹਨਾਂ ਦੀ ਨਸਲਾਂ ਤੋਂ ਅਤੇ ਉਹ ਇੰਡੀਆ 'ਤੇ ਹੋ ਕੇ ਵੀ ਆਏ ਨੇ ਹੁਣ ਤਾਂ ਖੁਦ ਤਾਂ ਨਹੀਂ ਰਹੇ ਲੇਕਿਨ ਉਹਨਾਂ ਦੀ ਨਸਲਾਂ ਮੌਜੂਦ ਨੇ ਉਹਨਾਂ ਬਾਰੇ ਵੀ ਅਸੀਂ ਪਤਾ ਕਰਦੇ ਹਾਂ ਅੱਜ ਉਹ ਤੁਹਾਨੂੰ ਨਾ ਮੱਲੀ ਫੁਲਕਾ ਬਾਗ ਦਿੰਦਾ ਜਿਹੜੇ ਤੁਹਾਨੂੰ ਚੱਲ ਜਾਵਾਂਗੇ ਸਾਰਾ ਤੁਹਾਨੂੰ ਦਰਸ਼ ਮਿਲੇਗਾ ਜਿਸ ਲਈ ਮਰਜ਼ੀ ਤੁਹਾਨੂੰ ਨਾਂ ਕੀ ਦੱਸਿਆ ਅੱਛਾ ਜੀ ਇਹ ਤੋਂ ਛੋਟਾ ਜਿਹਾ ਪਰ ਤੋਂ ਛੋਟਾ ਹੈ ਹਾਂਜੀ ਇਹ ਪਿੰਡ ਦਾ ਜੀ ਬਾਹਰਲਾ ਹਿੱਸਾ ਇਹ ਡੇਰਾ ਜੀ ਜੱਟਾਂ ਦਾ ਜਿਹੜੇ ਬਾਬੇ ਸੱਤੂ ਦੇ ਨਸਲ ਦੇ ਵਿੱਚੋਂ ਮਨਸੂਰੀਆਂ ਦਾ ਡੇਰਾ ਹੈ ਜੀ ਬਾਬੇ ਸੱਤੂ ਪੀਰ ਦੀ ਨਸਲ ਹੈ ਜੀ ਇਹ ਘਰ ਆਬਾਦ ਨੇ ਉਹਨਾਂ ਦੇ ਜੱਟ ਵਿਰਕ ਨੇ ਪਿੰਡ ਵਰਨ ਦੇ ਜੱਟ ਵਿਰਕ ਵਰਨ ਹਾਂਜੀ ਅੱਛਾ ਤੁਹਾਡੇ ਜਿਹੜੇ ਬਜ਼ੁਰਗ ਬਾਬਾ ਸੱਤੂ ਪੀਰ ਸਾਹਿਬ ਉਹ ਤੁਹਾਡੀ ਨਸਲ ਤੁਸੀਂ ਉਹਨਾਂ ਦੀ ਨਸਲ ਹੋ ਕਿਹੜੇ ਕਿਹੜੇ ਉਹਨਾਂ ਦੇ ਅੱਗੇ ਬੇਟਿਆਂ ਦੇ ਨਾਂ ਪਤਾ ਤੁਹਾਨੂੰ ਬੇਟੇ ਸਨ ਇੱਕ ਜੋਧ ਸਿੰਘ ਸਨ ਇੱਕ ਮਸੂਰ ਸਿੰਘ ਸਨ ਹਾਂਜੀ ਉਹ ਮਨਸੂਰੀਏ ਵੀ ਇੱਥੇ ਹੀ ਨੇ ਸਾਡੇ ਉਹ ਚਾਚੇ ਲੱਗਦੇ ਨੇ ਜੋਧ 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 ਕਿਆਂ ਜੋ ਅਸੀਂ ਹਾਂ ਜੋਧਾਨ ਸਾਡਾ ਡੇਰਾ ਨਾਂ ਜੋਧਾਨ ਅੱਛਾ ਤੁਹਾਡੇ ਦਾਦੇ ਮੁਸਲਮਾਨ ਹੋ ਗਏ ਸਨ ਉਸ ਵੇਲੇ ਸਾਡਾ ਦਾਦਾ ਮੁਸਲਮਾਨ ਹੋ ਗਿਆ ਅੱਛਾ ਅਤੇ ਜਿਹੜੇ ਦੂਸਰੇ ਸਨ ਸਾਡੇ ਕੁਝ ਦਾਦੇ ਦੀਆਂ ਮਸ਼ੀਰਾਂ ਸਨ ਜਿਹੜੀਆਂ ਉਹ ਆਪਣਾ ਸਨ ਉਹਨਾਂ ਨਾਲ ਹੀ ਸ਼ਾਦੀ ਹੋਈ ਸਾਡਾ ਤਾਇਆ ਸੀ ਸ਼ਰੀਫ ਹਾਂਜੀ ਸ਼ਰੀਫ ਵਿਰਕ ਉਹ ਇਕੱਠੇ ਮਤਲਬ ਆਪੇ 'ਚ ਜਿਹੜੇ ਸਨ ਸਾਡੇ ਰਿਸ਼ਤੇਦਾਰ ਸਿੱਖ ਬਰਾਦਰੀ ਸਾਡੀ ਹਾਂਜੀ ਉਹ ਇਕੱਠੇ ਮਾਲ ਡੰਗਰ ਚਾਰਦੇ ਸਾਰਾ ਉਹ ਮਤਲਬ ਉਹਨਾਂ ਦਾ ਉਹ ਜਵਾਨ ਸਨ ਸਹੀ ਸਹੀ ਵਾਲਦ ਸਾਹਿਬ ਮੇਰੇ ਉਹ ਵੀ ਜਾਣਦੇ ਨੇ ਉਹ ਵੀ ਮਤਲਬ ਹਾਂਜੀ ਹਾਂਜੀ ਉਹਨਾਂ ਦਾ ਵੀ ਹੈ ਸਹੀ 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 ਉਹਨਾਂ ਨੂੰ ਵੀ ਪਤਾ ਹੈ ਠੀਕ ਹੋ ਗਿਆ ਅੱਜ ਉਹਨਾਂ ਨਾਲ ਤੁਹਾਨੂੰ ਮਿਲਾ ਦਿੰਦੇ ਚਲਾਓ ਜੀ ਮਿਲਦੇ ਹਾਂ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਬਜ਼ੁਰਗ ਕੀ ਨਾਮ ਹੈ ਆਪਣਾ ਖੁਸ਼ੀ ਮੁਹੰਮਦ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ ਤਾਜਦੀਨ ਅਤੇ ਦਾਦਾ ਜੀ ਦਾ ਦਾਦਾ ਜੀ ਦਾ ਨਾਂ ਦਾ ਮੈਨੂੰ ਨਹੀਂ ਪਤਾ ਨਿਜ਼ਾਮਦੀਨ ਇਹ ਤਦ ਜਿਹੜਾ ਸੀ ਨਾ ਮੁਹੰਮਦ ਬਖਸ਼ ਉਹ ਮੁਸਲਮਾਨ ਹੋਏ ਸਿੱਖੋ ਮੁਸਲਮਾਨ ਹੋਏ ਸੀ ਅੱਛਾ ਸਿੱਖੋ ਮੁਸਲਮਾਨ ਹੋਏ ਹਾਂ ਦਾਦਾ ਮੁਹੰਮਦ ਬਖਸ਼ ਉਹਨਾਂ ਦਾ ਨਾਂ ਪਹਿਲੇ ਪਿਛਲੇ ਨਾਂ ਦਾ ਨਹੀਂ ਪਤਾ ਇਹ ਕਿਹੜਾ ਪਿੰਡ ਹੈ ਜਿੱਥੇ ਤੁਸੀਂ ਬੈਠੇ ਹੋ ਵਰਨ ਇਹ ਡੇਰਾ ਜੋਧਾਨ ਹੈ ਮਸੂਰੀਆਂ ਦਾ ਡੇਰਾ ਹੈ ਮਸੂਰੀਆਂ ਦਾ ਡੇਰਾ ਹਾਂ ਅਸੀਂ ਬਾਬੇ ਸੱਤੋ ਪੀਰ ਦੀ ਔਲਾਦ ਪੁੱਤਰ ਸੀ ਮਸੂਰ ਉਹਦੀ ਔਲਾਦ
ਅੱਜ ਅਸੀਂ ਤੁਹਾਨੂੰ 47 ਤੋਂ ਪਹਿਲੇ ਤੇ ਬਾਬੇ ਸਤੂ ਪੀਰ ਦੀ ਹਿਸਟਰੀ ਦੇ ਬਾਰੇ ਉਹਨਾਂ ਦੀ ਨਸਲ ਦੇ ਬਾਰੇ ਪੁੱਛਣ ਆਏ ਹਾਂ ਕਿ ਉਹ ਇੱਥੇ ਉਹਨਾਂ ਦਾ ਦਰਬਾਰ ਵੀ ਅਸੀਂ ਗਏ ਉਹ ਵੀ ਦੇਖਿਆ ਉੱਥੋਂ ਦੇ ਜਿਹੜੇ ਮਲੰਗ ਨੇ ਉਹਨਾਂ ਦਾ ਵੀ ਇੰਟਰਵਿਊ ਕੀਤਾ ਅਤੇ ਇਹੀ ਅਸੀਂ ਪੁੱਛਣਾ ਚਾਹੁੰਦੇ ਹਾਂ ਜੀ ਬਾਬਾ ਜੀ ਦੀ ਦੂਸਰਾ ਜਿਹੜੀ ਔਲਾਦ ਹੈ ਹੁਣ ਇੰਡੀਆ 'ਚ ਕਿੱਥੇ ਬੈਠੀ ਹੈ ਅਤੇ ਤੁਸੀਂ ਇੱਥੇ ਉਹਨਾਂ ਦੇ ਕਿੰਨੇ ਘਰ ਹੋ ਨਹੀਂ ਸਾਨੂੰ ਉਹਨਾਂ ਇੰਡੀਆ ਦਾ ਨਹੀਂ ਪਤਾ ਕਿੱਥੇ ਬੈਠੀ ਹੈ ਕਈ ਜਗ੍ਹਾ 'ਤੇ ਬੈਠੇ ਇੰਡੀਆ 'ਚ ਅਤੇ ਬਹਰਹਾਲ ਸਾਨੂੰ ਇੰਨਾ ਕੁ ਪਤਾ ਹੈ ਵੀ ਉਹ ਪਾਣੀਪਤ ਕਰਨਾਲ ਨੇ ਇਹ ਜਿੰਨਾ ਸਾਡਾ ਜਿਹੜਾ ਜ਼ਿਲ੍ਹਾ ਹੈ ਨਾ ਸ਼ੇਖਪੁਰਾ ਜਾਂ ਵਰਨ ਜਿਹੜਾ ਹੈ ਸਾਰੇ ਪਾਣੀਪਤ ਕਰਨਾਲ 'ਚ ਬੈਠੇ ਨੇ ਬੀਪੁਰ ਪਿੰਡ ਦਾ ਨਾਂ ਹੈ ਬੀਪੁਰ ਪਿੰਡ ਦਾ ਨਾਂ ਹੈ ਅਤੇ ਪਾਣੀਪਤ ਕਰਨਾਲ 'ਚ ਨੇ ਅਤੇ ਉਹ ਘੱਟ ਹੀ ਇੱਥੇ ਆਉਂਦੇ ਜਾਂਦੇ ਆਏ ਬੰਦੇ ਜਿਹੜੇ ਆਉਂਦੇ ਸਨ ਇਹਦੇ ਬਾਰੇ ਹੁਣ ਸਾਨੂੰ ਦੱਸੋ ਕਿ ਤੁਹਾਡੀ ਨਸਲ ਮੁਸਲਮਾਨ ਕਿੱਦਾਂ ਹੋਈ ਹੈ ਅਤੇ ਸਿੱਖ ਜਿਹੜੇ ਸਨ ਬਾਬਾ ਜੀ ਉਹ ਤਾਂ ਸਿੱਖ ਸਨ ਸਿੱਖ ਵੀ ਸਨ ਨਾ ਉਹ ਹਿੰਦੂ ਸਨ ਸਿੱਖ ਸਨ ਮੁਸਲਮਾਨ ਉਹ ਬਾਬਾ ਸੱਤੋ ਪੀਰ ਜੀ ਵੱਜਦਾ ਬਾਬਾ ਸੱਤੋ ਪੀਰ ਹੈਂ ਅਤੇ ਅੱਗੋਂ ਅੱਲਾ ਬਿਹਤਰ ਜਾਣਦਾ ਕਿਵੇਂ ਸਨ ਕਿਵੇਂ ਨਹੀਂ ਸਨ ਸੁਣੇ ਇਹਨਾਂ ਨਹੀਂ ਪਤਾ ਹਾਂ ਅਸੀਂ ਜਿਹੜੇ ਉਹਦਾ ਪੁੱਤਰ ਸੀ ਨਾ ਬਾਬੇ ਸੱਤੋ ਪੀਰ ਦਾ ਮਸੂਰ ਉਹਦੀ ਔਲਾਦ ਕਿੰਨੇ ਪੁੱਤਰ ਸਨ ਬਾਬਾ ਜੀ ਚਾਰ ਜੱਟ ਵਰਨ ਨਹੀਂ ਸਨ ਉਹਦੇ ਨਾਂ ਤੇ ਪਿੰਡ ਜੱਟਾਂ ਵਰਨਾਂ ਦੇ ਨਾਂ ਤੇ ਬਾਬਾ ਵੱਡਾ ਪਿੰਡ ਸੀ ਉਦੋਂ ਵੀ ਆਹੋ ਵੀ ਵੱਡਾ ਪਿੰਡ ਹੈ ਸ਼ੁਰੂ ਤੋਂ ਏਡਾ ਪਿੰਡ ਹੈ ਜਿਹੜੀ ਜ਼ਮੀਨ ਮਤਲਬ ਹਾਲੇ ਵੀ ਜਾਇਦਾਦ ਜ਼ਮੀਨ ਸਾਰਾ ਨਾਂ ਸਾਡਾ ਪਿੱਛੇ ਜੱਟ ਵਰਨ ਚੱਲਦਾ ਪਿੰਡ ਸਾਡੇ ਨਾਂ ਤੇ ਅੱਛਾ ਜੀ ਬਾਬੇ ਸੱਤੋ ਪੀਰ ਦੇ ਜਿਹੜੇ ਨਾ ਜੀ ਅਲਾਸ ਆ ਇਹ ਸਾਡੇ ਨਾਂ ਦੇ ਪਿੰਡ ਚੱਲਦਾ ਵਰਨ ਹਾਲੇ ਵੀ ਸਾਡੀ ਸਾਰੀ ਹਿਸਟਰੀ ਵਰਨ ਜੱਟ ਵਰਨ ਅਸੀਂ ਮਤਲਬ ਕਾਗਜ਼ਾਂ ਸਾਡੇ ਮਾਲ ਦੇ ਕਾਂ ਜੱਟ ਵਰਨ ਨਾ ਜੱਟ ਵਰਨ ਅੱਛਾ ਜੱਟ ਵਰਨ ਹਾਂ ਸਹੀ ਸਹੀ ਤੇ ਇੱਥੇ ਸਾਡੇ ਜਿਹੜੇ ਸੀ ਉਹ ਬਸ ਕੋਈ ਉਹਨੂੰ 47 'ਚ ਕੋਈ ਗੜਬੜ ਜੀ ਕਿਸੇ ਬੰਦੇ ਕੀਤੀ ਉਹ ਫਿਰ ਘੱਟ ਸਾਡੇ ਜੀ ਆਏ ਨੂੰ ਜਾਂ ਉਹਦੇ ਹੈਣ ਅਤੇ ਆਏ ਉਹ ਦੱਸੋ ਸਾਨੂੰ ਕਿ ਜਦੋਂ 47 ਦੀ ਵੰਡ ਹੋਈ ਹੈ ਹਾਂ ਉਦੋਂ ਤੁਹਾਡੇ ਪਿੰਡ 'ਚ ਅਮਨ ਰਿਹਾ ਕਿ ਕੁਛ ਘੱਟ ਵੱਡ ਹਾਂ ਅਮਨ ਨਹੀਂ ਰਿਹਾ ਕੋਈ ਘੱਟ ਵੱਡ ਨਹੀਂ ਹੋਈ ਕਿੱਦਾਂ ਗਏ ਨੇ ਇੱਥੋਂ ਸਿੱਖ ਜਿਹੜੇ ਬਸ ਆਪਣੀ ਮਰਜ਼ੀ ਨਾਲ ਗਏ ਸੱਚੇ ਸੁਭ ਦੇ ਗਏ ਨੇ ਸੱਚੇ ਸੁਭ ਦੇ ਆਗੇ ਜਾਂਦੇ ਕੈਂਪ ਲੱਗਾ ਕੈਂਪ ਲੱਗਾ ਸੱਚਾ ਸੁਭ ਦਾ ਗੁਰਦੁਆਰਾ ਜਿਹੜਾ ਬਲਕਿ ਸਾਡੇ ਜਿਹੜੇ ਮੁਸਲਮਾਨ ਸਨ ਉਹਨਾਂ ਨੂੰ ਆਪ ਛੱਡ ਕੇ ਆਏ ਨੇ ਤੇ ਗੁਜਰਾਂਵਾਲਾ ਜਿਹੜਾ ਇਹ ਜ਼ਿਲ੍ਹਾ ਉਹ ਇੱਥੇ ਆ ਕੇ ਇਕੱਠਾ ਹੋਇਆ ਸਾਰਾ ਹਾਂ ਸੱਚੇ ਸੁਭ ਦੇ ਤੁਹਾਡੇ ਪਿੰਡ ਦੇ ਸਾਰੇ ਸਹੀ ਸਲਾਮਤ ਗਏ ਨੇ ਹਾਂ ਸਹੀ ਸਲਾਮਤ ਗਏ ਨੇ ਕੋਈ ਘੱਟ ਵੱਧ ਨਹੀਂ ਹੋਈ ਬਿਲਕੁਲ ਉਹ ਤੋਂ ਬਾਅਦ ਹਾਲੇ ਤੱਕ ਰਾਬਤਾ ਨਹੀਂ ਹੋਇਆ ਕਿਸੇ ਵੀ ਬੰਦੇ ਨਾਲ ਨਹੀਂ ਕੋਈ ਕੋਈ ਆਇਆ ਨਹੀਂ ਵਿੱਚ ਕੋਈ ਹੋਇਆ ਨਹੀਂ ਰਾਬਤੇ ਕੋਈ ਨਹੀਂ ਆਇਆ ਕਦੀ ਕਦੀ ਆਉਂਦੇ ਨੇ ਕਦੀ ਨਹੀਂ ਆਉਂਦੇ ਤੇ ਜਿਹੜੇ ਆਏ ਉਹਨਾਂ ਦੇ ਨਾਮ ਦਾ ਕੋਈ ਹਾਂ ਇੱਥੇ ਇੱਕ ਆਇਆ ਸੀ ਦੂਜਾ ਬੂਟਾ ਸਿੰਘ ਆਇਆ ਸੀ ਨੰਬਰਦਾਰ ਦਾ ਪੁੱਤਰ ਸੀ ਅਤੇ ਉਹ ਮੈਨੂੰ ਪਤਾ ਨਹੀਂ ਬਾਪ ਦਾ ਕੀ ਨਾਂ ਦੱਸਿਆ ਅਤੇ ਉਹ ਇੱਥੇ ਆਇਆ ਸੀ ਹੋਰ ਵੀ ਆਉਂਦੇ ਰਹੇ ਇੱਥੇ ਹੋਰ ਕੋਈ ਮਲੂਮਾਤ ਇੱਕ ਭਾਈਆ ਗਫਾਰ ਹੈ ਉਹਦੇ ਕੋਲ ਵੀ ਹੈ ਉਹਨਾਂ ਨਜ਼ਦੀਕ ਨਹੀਂ ਬੈ ਸਿੱਖ ਜਿਹੜੇ ਲੋਕ ਤਗੜੇ ਬੰਦੇ ਸਨ ਵੀ ਬਾਰਡਰ ਦੇ ਹਾਂ ਸ਼ੇਖਪੁਰਾ ਦੇ ਗੁਜਰਾਂਵਾਲਾ ਸ਼ੇਖਪੁਰਾ ਦੇ ਗੁਜਰਾਂਵਾਲਾ ਤਗੜੇ ਸਨ ਬਾਰਡਰ ਦੇ ਨੇੜੇ ਨਹੀਂ ਉਹਨਾਂ ਨੇ ਬਹਿਣੇ ਨੂੰ ਪਾਣੀਪਤ ਕਰਨਾਲ ਜਿੱਥੇ ਜੰਗਾਂ ਹੋਈਆਂ ਨਾ ਉੱਥੇ ਉਹ ਉਹਨੂੰ ਇੱਥੋਂ ਜਿਹੜਾ ਬੂਟਾ ਸਿੰਘ ਆਇਆ ਸੀ ਨੰਬਰਦਾਰ ਦਾ ਪੁੱਤਰ ਸੀ ਉਹ ਕਹਿੰਦੇ 100-100 ਮਨ ਸਾਡੀ ਮੁੰਜੀ ਉੱਥੇ ਨਿਕਲ ਰਹੀ ਹੈ ਜਿੱਥੇ ਬਿੱਲੇ ਦਾ ਦੂਸਰਾ ਪਿੰਡ 'ਚ ਬੈਠੇ ਨੇ ਦੱਸਿਆ ਉਹਨਾਂ ਨੇ ਹਾਂ ਉਹਨੂੰ ਆਪਣੇ ਘਰ ਵੇਖੇ ਨੇ ਆ ਕੇ ਨੰਬਰਦਾਰ ਕਿਹੜਾ ਸੀ ਇੱਥੋਂ ਦਾ ਉਹਦਾ ਮੈਨੂੰ ਨਾਂ ਨਹੀਂ ਪਤਾ ਨੰਬਰ ਇਹ ਮੁੰਡੇ ਦਾ ਨਾਂ ਬੂਟਾ ਸਿੰਘ ਸੀ ਬੂਟਾ ਸਿੰਘ ਹਾਂ ਉਹ ਨੰਬਰਦਾਰ ਦਾ ਮੈਨੂੰ ਨਾਂ ਭੁੱਲ ਗਿਆ ਮੈਂ ਅੱਗੇ ਆਉਂਦਾ ਸੀ ਮੈਨੂੰ ਜਿਹਦਾ ਪੁੱਤਰ ਸੀ ਜ਼ਮੀਨ ਸਭ ਨਾਲੋਂ ਜ਼ਿਆਦਾ ਤੁਹਾਡੇ ਖਾਨਦਾਨ ਦੀ ਸੀ ਸਾਰਾ ਪਿੰਡ ਨਹੀਂ ਮੇਰਾ ਮਤਲਬ ਸਾਡਾ ਸਾਰੇ ਪਿੰਡ ਜ਼ਮੀਨ ਉਹਨਾਂ ਦੀ ਸੀ ਬਾਬੇ ਸੱਤੋ ਪੀਰ ਕਿਤੇ ਅੱਗੇ ਜਿਵੇਂ ਜਿਵੇਂ ਉਹ ਆਏ ਹਾਂਜੀ ਉਹ ਆਣ ਕੇ ਬਹਿ ਗਏ ਅਤੇ ਉਹ ਲੋਕਾਂ ਨੂੰ ਫਿਰ ਜਿਵੇਂ ਜਿਵੇਂ ਮਿਲ ਗਈ ਅਸਲ ਜ਼ਮੀਨ ਵਰਨ ਪਿੰਡ ਬਾਬੇ ਸੱਤੋ ਪੀਰ ਦੇ ਅਤੇ ਸਾਡੇ ਨਾਂ ਦੀ ਵੱਜਦਾ ਅਗਰ ਕੋਈ ਰਾਬਤਾ ਕਰਨਾ ਚਾਹੇ ਤੁਹਾਡੇ ਨਾਲ
ਤੁਹਾਡਾ ਕੋਈ ਖਾਨਦਾਨ ਦਾ ਹੀ ਬੰਦਾ? ਅਸੀਂ ਕੋਈ ਗੱਲ ਨਹੀਂ, ਸਾਡਾ ਖਾਨਦਾਨ ਦਾ ਹਾਜ਼ਰ ਆ ਸੀ ਕਿਹੜਾ ਮਤਲਬ, ਅਗਰ ਆਣਾ ਚਾਹੇ ਇੱਥੇ ਵੇਖਣ ਤੇ 100 ਬਿਸਮਿਲਲਾ ਅੱਗੇ ਆਉਂਦੇ ਰਹਿਣੇ ਸਾਡੇ ਕੋਲ ਆਉਂਦੇ ਰਹਿਣੇ, ਅਸੀਂ ਮੁਸਲਮਾਨ ਆ ਅਸੀਂ। ਹੁਣ ਫੋਨ 'ਚ ਰਾਬਤਾ ਹੈ ਤੁਹਾਡਾ ਕਿਸੇ ਨਾਲ? ਨਹੀਂ ਸਾਡਾ ਨਹੀਂ ਨਹੀਂ ਕੋਈ, ਐਵੇਂ ਤੁਹਾਨੂੰ ਝੂਠ ਹੀ ਮਾਰਨਾ। ਅਸੀਂ ਮੁਸਲਮਾਨ ਹਾਂ, ਅਸੀਂ ਤੇ ਉਹਨਾਂ ਨਾਲੋਂ ਬਿਹਤਰ ਉਹਨਾਂ ਦੀ ਇੱਜ਼ਤ ਕਰਾਂਗੇ, ਉਹਨਾਂ ਨੂੰ ਉਹਨਾਂ ਦੀ ਖਿਦਮਤ ਕਰਾਂਗੇ, ਜੋ ਸਾਡੇ ਤੋਂ ਹੋ ਸਕਿਆ ਉਹਨਾਂ ਨੂੰ ਖਵਾਵਾਂਗੇ ਪਿਆਵਾਂਗੇ। ਅਤੇ ਆਪਣਾ ਨੰਬਰ ਦੱਸ ਦਿਓ ਮੈਨੂੰ, ਜਿਹਦੇ 'ਚ ਰਾਬਤਾ ਕਰ ਲੈਣਾ ਅਗਰ ਕੋਈ ਤੁਹਾਡਾ। 0303 ਪਹਿਲੇ 92 ਲੱਗੇਗਾ ਨਾ, ਫਿਰ 303 45 97 497 791। ਚਲੋ ਜੀ, ਅਗਰ ਕੋਈ ਰਾਬਤਾ ਕਰੇ ਇਨਸ਼ਾਅੱਲਾ ਤੁਹਾਡੇ ਖਾਨ। ਅਸੀਂ ਤੇ ਤੁਹਾਨੂੰ ਪਤਾ ਹੈ ਮੁਸਲਮਾਨ ਹਾਂ, ਅਸੀਂ ਮੁਸਲਮਾਨ ਤੇ ਕੋਈ ਵੀ ਆ ਜਾਏ ਤਾਂ ਉਹਦੀ ਇੱਜ਼ਤ ਖਿਦਮਤ ਕਰਨੇ। ਹਾਂਜੀ ਹਾਂਜੀ ਹਾਂਜੀ। ਅਤੇ ਬਾਕੀ ਇਹ ਵੇ ਕਿ ਸਾਨੂੰ ਉਦੋਂ ਜਦੋਂ ਆਇਆ ਸੀ ਉਹ ਉਹਨਾਂ ਦੀਆਂ ਸ਼ਾਦੀਆਂ ਸ਼ੁਦੀਆਂ ਹਨ, ਸਾਨੂੰ ਉਹਨਾਂ ਕਿਹਾ ਯਾਰ ਬਜ਼ੁਰਗ ਸਨ ਸਾਡਾ ਤਾਇਆ ਸੀ ਫੌਤ ਹੋ ਗਿਆ। ਹਾਂਜੀ। ਉਹ ਨਾਲ ਉਹ ਮਤਲਬ ਨਾਲ ਉਹਨਾਂ ਦੇ ਮਾਲ ਡੰਗਰ ਚਾਰਦੇ ਚੂਦਰੇ ਸਾਰਾ ਕੁਝ, ਉਹਨੇ ਭਾਈ ਸ਼ਰੀਫ ਤੂੰ ਸਾਡੀ ਉੱਥੇ ਸ਼ਾਦੀਆਂ ਸ਼ੁਦੀਆਂ ਦੇ ਆ ਜਾਂ ਇੰਜ ਕਰ। ਉਹਨਾਂ ਕਿਹਾ ਯਾਰ ਟਾਈਮ ਲੱਗੇਗਾ ਇੰਜ, ਫਿਰ ਉਹਨਾਂ ਹੀ ਨਾ ਕਦੀ। ਹਾਂ ਵੀ ਕੋਈ ਪਾਸਪੋਰਟ ਵੀਜ਼ੇ ਦਾ ਕੰਮ ਨਹੀਂ ਜਾਂਦਾ। ਬਾਕੀ ਉਹ ਜਿਵੇਂ ਅਸੀਂ ਬਾਬੇ ਸੱਤੋ ਪੀਰ ਦੇ ਖਾਨਦਾਨ 'ਚੋਂ ਔਲਾਦ ਆਉਂਦੀ ਜਾਂ ਉਸ ਉਹ ਵੀ ਅੱਗੋਂ ਉਹਨਾਂ ਦੇ ਵੀ ਤਾਂ ਹੈ ਹੀ ਨਾ ਔਲਾਦ, ਉਹ ਵੀ ਤਾਂ ਉੱਥੇ ਗਏ ਹੀ ਨਹੀਂ। ਚਲੋ ਜੀ, ਇਸੇ ਬਾਰੇ ਆਏ ਹਾਂ ਕਿ ਸਾਨੂੰ ਪਤਾ ਚੱਲੇ ਬਾਬੇ ਦੀ ਸੱਤੋ ਦੀ ਪੀਰ ਦੀ ਹਿਸਟਰੀ ਦਾ, ਉਹਨਾਂ ਦੇ ਖਾਨਦਾਨ ਤੋਂ। ਤੁਸੀਂ ਤਾਂ ਮਿਲ ਗਏ ਸਾਨੂੰ ਕਿ ਇੱਥੇ ਪਾਕਿਸਤਾਨ 'ਚ ਐਸੇ ਪਿੰਡ 'ਚ ਬੈਠੇ ਹੋ। ਹਾਂਜੀ ਹਾਂਜੀ। ਇੱਕ ਨਸਲ ਉਹਨਾਂ ਦੀ, ਇੱਕ ਮੁਸਲਮਾਨ ਹੋ ਗਈ, ਦੂਸਰਾ ਭਰਾ ਉਹਨਾਂ ਦਾ ਸਿੱਖ ਸੀ ਉਹ ਚਲਾ ਗਿਆ, ਉਹ ਤੁਰ ਤਰ ਗਿਆ। ਚਲੋ ਜੀ, ਐਸੇ ਬਹਾਨੇ ਉਹਨਾਂ ਨਾਲ ਵੀ ਰਾਬਤਾ ਹੋ ਜਾਏਗਾ। ਹਾਂ ਕਰ ਲਿਆ ਜੇ। ਹਾਂਜੀ ਠੀਕ ਹੋ ਗਿਆ ਸਰ, ਮਿਹਰਬਾਨੀ। ਸਲਾਮ ਅਲੈਕਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਨਾਮ ਹੈ ਬਜ਼ੁਰਗੋ ਆਪਣਾ? ਨਿਜ਼ਾਮਦੀਨ। ਨਿਜ਼ਾਮਦੀਨ ਜੀ। ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ? ਫਿਰਾਕਦੀਨ। ਦੇ ਦਾਦਾ ਜੀ ਦਾ ਨਾਮ ਵੀ ਪਤਾ? ਆਹੋ। ਕੀ ਨਾਮ ਹੈ? ਮੰਗਲ। ਹਾਂਜੀ ਮੰਗਲ। ਮੰਗਲ ਕਿਹੜੇ ਪਿੰਡ ਬੈਠੇ ਹੋ? ਵਰਨਾ ਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਨਾਲ ਕੋਲੋ ਕੇ ਚੱਬਰ ਈਸਰ ਕੇ ਜਿੰਡਿਆਲਾ ਸਾਰੇ ਪਿੰਡ ਕੋਲੋ ਕੋਲ। ਅੱਛਾ ਕੋਲ ਕੋਲ। ਇਹਦਾ ਜ਼ਿਲ੍ਹਾ ਕਿਹੜਾ? ਸ਼ੇਖੂਪੁਰਾ। ਸ਼ੇਖੂਪੁਰਾ। ਤਹਿਸੀਲ? ਤਹਿਸੀਲ ਵੀ ਸ਼ੇਖੂਪੁਰਾ। ਅੱਛਾ ਸ਼ੇਖੂਪੁਰਾ ਜੀ। ਸਹੀ ਹੋ ਗਿਆ। ਅੱਜ ਅਸੀਂ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੀਆਂ। ਅੱਜ ਜਿੰਨਾ ਦਾ ਪਤਾ ਉਹ ਮੈਂ ਦੱਸਾਂਗਾ। ਮੈਨੂੰ ਦੱਸੋ ਤੁਹਾਡੀ ਕਿੰਨੀ ਉਮਰ ਸੀ ਜਦੋਂ 47 ਦੀ ਵੰਡ ਹੋਈ? ਅਸੀਂ ਸਰ 16 ਕੁ ਸਾਲ ਦਾ। 16 ਸਾਲ ਸੀ? ਸਹੀ ਹੋ ਗਿਆ। ਇਹਦਾ ਮਤਲਬ ਤੁਹਾਨੂੰ ਹੋਸ਼ ਸੀ। ਇਹ ਦੱਸੋ, ਇਹ ਜਿਹੜਾ ਪਿੰਡ ਹੈ ਇਹਦੀ ਤਾਰੀਖ ਬਾਰੇ ਦੱਸੋ, ਇਹ ਕਿਹਨਾਂ ਦਾ ਪਿੰਡ ਸੀ ਅਤੇ ਇੱਥੇ ਕਿਹੜੇ ਲੋਕ ਵੱਸਦੇ ਸਨ? ਇਹ ਜੀ ਖੱਤਰੀ ਵੀ ਪਿੰਡ। ਹਾਂਜੀ। ਹਿੰਦੂ ਵੀ ਅਤੇ ਸਿੱਖ ਵੀ। ਇਹ ਅਸੀਂ ਪਹਿਲੇ ਨਿੱਕੇ ਹੁੰਦੇ ਸੁਣਦੇ ਸਾਂ, ਪਿੰਡ ਸੀ ਭੱਟੀਆਂ ਦਾ। ਹਾਂਜੀ। ਅਤੇ ਸਿੱਖਾਂ ਖੋਹ ਲਿਆ ਸੀ। ਅੱਛਾ ਅੱਛਾ। ਅਸੀਂ ਸੁਣਦੇ ਹੀ ਉਹਨੇ ਕਹੋ ਕਿੰਨੇ ਚਿਰ ਦਾ ਖੁੱਸਾ ਅਤੇ ਕਿੰਨੇ ਸਿਰ ਦਾ ਨਹੀਂ। ਅਤੇ ਸਿੱਖਾਂ ਦੇ ਲੰਬੜਦਾਰ ਇੱਥੇ ਕਿੰਨੇ ਸਨ ਟੋਟਲ? ਲੰਬੜਦਾਰੀ ਚਾਰ ਹੀ। ਚਾਰ ਸਿੱਖ ਇੱਥੇ? ਸਾਰੇ ਸਿੱਖਾਂ ਦੇ ਸਨ ਕਿ ਮੁਸਲਮਾਨਾਂ ਦੇ ਵੀ ਸੀ ਕੋਈ? ਸਿੱਖਾਂ ਦੇ ਸਨ, ਮੁਸਲਮਾਨਾਂ ਦਾ ਕੋਈ ਨਹੀਂ। ਨਾਂ ਯਾਦ ਨੇ ਉਹਨਾਂ ਦੇ? ਇੱਕ ਉਧਰ ਨਾਮ ਸਿੰਘ ਸੀ। ਹਾਂਜੀ। ਆਹ ਅਸਾੜ ਹਜੂਰ ਸਿੰਘ ਸੀ ਇੱਧਰ। ਹਾਂਜੀ ਹਜੂਰ ਸਿੰਘ। ਹਜੂਰ ਸਿੰਘ ਸਰਦਾਰ ਬੰਗਲਾ ਸੀ ਇਹਦਾ। ਉਧਰ ਨਾਮ ਸਿੰਘ ਸੀ। ਇਹਨਾਂ ਦਾ ਦੋਵਾਂ ਦਾ ਪਤਾ ਸੀ, ਉਧਰ ਦਾ ਘੱਟ ਪਤਾ। ਅੱਛਾ, ਉਧਰ ਦਾ ਘੱਟ ਪਤਾ। ਸਹੀ ਹੋ ਗਿਆ, ਸਹੀ ਹੋ ਗਿਆ। ਅਤੇ ਸਕੂਲ ਕਿੰਨੇ ਸਨ ਇਸ ਪਿੰਡ ਦੇ ਵਿੱਚ ਉਦੋਂ? ਸਕੂਲ ਇੱਕੋ ਹੀ। ਕੁੜੀਆਂ ਦਾ ਕਿ ਮੁੰਡਿਆਂ ਦਾ ਸੀ? ਮੁੰਡਿਆਂ ਦਾ। ਕੁੜੀਆਂ ਦਾ ਨਾਂ ਨਿਸ਼ਾਨ ਨਹੀਂ ਕੋਈ ਸਕੂਲ ਲਾਉਣਾ। ਕਿੰਨਵੀਂ ਤੱਕ ਸਕੂਲ ਸੀ? ਇਹ ਨਹੀਂ ਪਤਾ, ਅਸੀਂ ਪੜ੍ਹਨ ਤੋਂ ਨਹੀਂ ਗਏ। ਬੰਦੇ ਪੜ੍ਹਦੇ ਸਨ, ਉਹ ਛੱਪੜਾ ਹੀ ਹੁੰਦਾ ਸੀ ਸਕੂਲ ਪਰ। ਛੱਪੜ ਇੱਥੇ ਤਾਂ ਕਿੰਨੇ, ਮੈਂ ਤਾਂ ਦੋ ਤਿੰਨ ਛੱਪੜ ਹੁਣ ਵੀ ਵੇਖ ਚੁੱਕੇ ਹਾਂ। ਕਿੰਨੇ ਛੱਪੜ ਸਨ ਇਸ ਪਿੰਡ ਦੇ ਵਿੱਚ? ਛੱਪੜ ਤਾਂ ਤਿੰਨ ਚਾਰ ਸਨ। ਬਹੁਤ ਵੱਡੇ ਵੱਡੇ ਛੱਪੜ ਸਨ। ਉਦੋਂ ਪਿੰਡ ਕਿੱਡਾ ਕੁ ਸੀ? ਹੁਣ ਤਾਂ ਬਹੁਤ ਹੀ ਵੱਡਾ ਹੈ ਨਾ। ਹੁਣ ਵੀ ਆ ਘੋੜੇ ਦੌੜ ਤੋਂ ਅੰਦਰ ਮਕਾਨ ਸਨ, ਬਾਅਦ 'ਚ ਬੇਲੀਆਂ ਬੁਲੀਆਂ ਹੁੰਦੀਆਂ ਹਨ। ਆ ਪਿੰਡ ਤਾਂ ਹੁਣ ਵਧਿਆ। ਅੱਛਾ। ਸਭ ਜਾ ਰਹੀ ਸੀ। ਅਤੇ ਉਸ ਵੇਲੇ ਪਿੰਡ ਛੋਟਾ ਹੀ ਸੀ? ਛੋਟਾ ਹੀ। ਕੀ ਖੇਡਾਂ ਹੁੰਦੀਆਂ ਸੀ ਉਸ ਵੇਲੇ ਜਦੋਂ ਤੁਸੀਂ ਸਿੱਖਾਂ ਦੇ? ਕਬੱਡੀਆਂ ਆਉਂਦੀਆਂ ਸੀ? ਕੌਡੀਆਂ ਦੀਆਂ ਘੋੜੀਆਂ ਭੱਜਣੀਆਂ। ਹਾਂਜੀ। ਕੁੱਤਿਆਂ ਵਾਲਾ ਕੰਮ ਕੌੜੀ ਸੀ। ਹਾਂ ਹਾਂ। ਕੋਲ ਹੋਣੇ ਘੋੜੀਆਂ ਭੱਜਣੀਆਂ ਇਹ ਹੁੰਦਾ ਸੀ। ਕੁੱਤਿਆਂ ਵਾਲਾ ਕੰਮ ਤਾਂ ਮੁਸਲਮਾਨ ਨੇ ਕੀਤਾ। ਸਹੀ ਸਹੀ। ਹਾਂਜੀ ਠੀਕ ਹੈ, ਜਿਹੜਾ ਗੱਲ ਦਾ ਪਤਾ। ਹਾਂਜੀ ਠੀਕ ਠੀਕ। ਤੁਹਾਡਾ ਘਰ ਮੁਸਲਮਾਨਾਂ ਦਾ ਇੱਕ ਹੀ ਸੀ ਇੱਥੇ? ਨਹੀਂ। ਕਿੰਨੇ ਘਰ ਸਨ? ਸਾਡੇ ਕੋਲ 8-7 ਘਰ ਇੱਧਰ ਸਨ। ਹਾਂਜੀ। ਸਾਡੇ ਆਪਣੇ 8-7 ਘਰ ਇੱਧਰ ਸਨ। ਅੱਛਾ ਅੱਛਾ ਅੱਛਾ। ਕੁਛ ਮੋਚੀਆਂ ਦਾ ਮਹੱਲਾ ਸੀ, ਉਹ ਵੀ ਮੁਸਲਮਾਨ, ਕੁਛ ਉਹ ਵਿੱਚ ਜਲਾਇਆਂ ਨੇ ਕਰਨੇ।
ਮੁਸਲਮਾਨ ਵਾਲੇ ਤੇ ਹਿੰਦੂ ਘੁਮਿਆਰ ਬਹੁਤੇ ਸਨ। ਅੱਛਾ ਹਿੰਦੂ ਘੁਮਿਆਰ ਸਨ। ਹੋਰ ਮੁਸਲਮਾਨ ਖੋਤੇ ਕੋਲ ਹੀ ਬਣਦਾ, ਹਿੰਦੂ ਹੀ ਬਣਦਾ। ਸਹੀ। ਤੇ ਸਿੱਖਾਂ ਦੇ ਨਾਂ ਯਾਦ ਨੇ? ਆਹੋ ਹੀ ਜਿਹੜੇ ਉਹਨਾਂ ਦੇ ਯਾਦ ਨੇ। ਕਿਹੜੇ ਇਸ ਮਹੱਲੇ ਦੇ ਵਿੱਚ ਰਹਿੰਦੇ ਸਨ? ਕੀ ਨਾਂ ਸੀ ਉਹਨਾਂ ਦੇ? ਨਾਂ ਜੀ ਅਸਾਲ ਦੇ ਨਾਂ ਗੁਰਬਖਸ਼ ਸਿੰਘ, ਸੁੰਦਰ ਸਿੰਘ, ਭਗਵਾਨ ਸਿੰਘ, ਹਜੂਰ ਸਿੰਘ, ਇਹ ਬੰਗਲੇ ਵਾਲੇ ਸਨ। ਬੰਗਲੇ ਸੀ ਇਹਨਾਂ ਦੇ। ਅਤੇ ਨਾਲ ਉਦੋਂ ਲਾਂਦੇ ਇਹਦੇ ਨਾਂ ਸੀ ਖੜਕ ਸਿੰਘ, ਦਿਆਲ ਸਿੰਘ ਅਤੇ ਮੱਲਾ ਸਿੰਘ, ਤਿੰਨ ਭਰਾ ਇਹ ਸਨ। ਸਹੀ। ਉਹਦੇ ਘਰ ਇਹਨਾਂ ਨੇ ਰਿਆਜ ਕੇ ਫੌਜੀਆਂ ਦੇ ਘਰ। ਇਹਨਾਂ ਦੇ ਪੱਕੇ ਸਨ ਕਿ ਕੱਚੇ ਸਨ? ਪੱਕੇ। ਪੱਕੇ ਸਨ। ਪੱਕੇ ਸਨ। ਸਹੀ। ਇਹ ਦਫੇਦਾਰਾਂ ਦਾ ਮੈਂ ਘਰ ਦਾ ਸੁਣਿਆ ਇੱਥੇ, ਉਹ ਉਹਨਾਂ ਦਾ ਡੱਬਰ ਕਿੱਥੇ ਰਹਿੰਦਾ ਸੀ? ਉਹਨਾਂ ਦਾ ਜੀ ਇੱਕ ਦੋ ਬੰਦੇ ਇੱਥੇ ਰਹਿੰਦੇ ਸੀ, ਦੂਜਿਆਂ ਨੂੰ ਪਤਾ ਨਹੀਂ ਮਕਾਨ ਪੀਰਾਂ। ਕੀ ਨਾਂ ਸੀ ਉਹਨਾਂ ਦਾ? ਸਾਨੂੰ ਹਜ਼ਾਰਾਂ ਸਹੀ ਦਾ ਪਤਾ, ਹਜ਼ਾਰੀ ਅੰਨ ਹਜ਼ਾਰੀ ਦਾ ਸਤਾਰ ਦਾ। ਵੱਡਿਆਂ ਦਾ ਨਹੀਂ ਸਾਨੂੰ ਪਤਾ, ਮਚੂਰ ਵਾਲੇ ਮਾਂ। ਸਹੀ ਸਹੀ। ਨਹੀਂ ਜੈਮਲ ਸਿੰਘ ਵੀ ਸੁਣਿਆ ਮੈਂ, ਉਹ ਵੀ ਸੀ ਇਹਨਾਂ ਦਾ। ਜੈਮਲ ਸਿੰਘ ਹੋਵੇਗਾ ਤਾਂ ਮੈਨੂੰ ਉਹਨਾਂ ਨੂੰ ਨਹੀਂ ਪਤਾ, ਥੋੜ੍ਹੇ ਉਹਨਾਂ ਪਤਾ ਹੈ ਤਾਂ ਉਹ ਦੱਸਣਾ। ਸਹੀ ਸਹੀ। ਹਾਂ ਉਹ ਹੀ ਦੱਸਣਾ ਤੁਸੀਂ। ਹੁਣ ਇਹ ਸੀ ਇਹਨਾਂ ਨੂੰ ਉਹਨਾਂ ਜੁਲੀ ਚੁੱਕੋ। ਕਿਹਨਾਂ ਨੂੰ? ਜਿੱਥੇ ਫੌਜੀਆਂ ਦੇ ਘਰ ਹੁੰਦੇ। ਉਹ ਕਿਹੜੇ ਸਿੱਖ ਸਨ? ਲੈਂਦੇ ਪਾਸੇ? ਨਹੀਂ ਨਹੀਂ ਇੱਥੇ ਸਨ। ਵੱਡਾ ਸੀ ਉਹਨੂੰ ਅਸੀਂ ਮੱਲਾ ਸਿੰਘ, ਛੋਟੇ ਨਾਲ ਉਹਨੂੰ ਅਸੀਂ ਖੜਕ ਸਿੰਘ। ਸਹੀ। ਬੁੱਧੂ ਛੋਟਾ ਉਹਨੂੰ ਅਸੀਂ ਦਿਆਲ ਸਿੰਘ। ਵਾਹਵਾ ਜ਼ਮੀਨ ਸੀ ਉਹਨਾਂ ਦੀ? ਆਹੋ ਉਹ ਡੇਰਾ ਵੱਜਦਾ ਉਹਨਾਂ ਦਾ। ਕੀ ਨਾਂ ਸੀ ਡੇਰੇ ਦਾ? ਜੁੱਲੀ ਚੁੱਕਾਂ ਦਾ ਵੱਜਦਾ। ਅੱਛਾ ਜੁੱਲੀ ਚੁੱਕਾਂ ਦਾ। ਜੁੱਲੀ ਚੁੱਕ ਕਿਉਂ ਕਹਿੰਦੇ ਸੀ ਉਹਨਾਂ ਨੂੰ? ਉਹਨਾਂ ਦਾ ਇੱਕ ਵੱਡਾ ਚੋਰੀ 'ਚ ਗਿਆ ਬਾਕਾ ਬਜੇ ਬਾਹਰ। ਹਾਂਜੀ। ਉਹਦੇ ਲਾ ਰੁਕ ਦੇ ਹੋਰ ਕੁਛ ਨਾ ਲੱਭਾ, ਮੰਜੀ ਤੋਂ ਜੁੱਲੀ ਚੁੱਕ ਕੇ ਭੱਜ ਪਗਾ। ਅੱਛਾ ਮੰਜੀ ਤੋਂ ਜੁੱਲੀ ਚੁੱਕ ਕੇ ਭੱਜ ਪਗਾ। ਉਹ ਕੋ ਬੰਦਿਆ ਫੜ ਲਿਆ। ਹਾਂ। ਉਹ ਸਪਰਾਲੀ ਜੁੱਲੀ ਚੁੱਕ ਪੈ ਗਈ। ਅੱਛਾ 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 ਪੁਰਾਣੀਆਂ ਗੱਲਾਂ ਨੇ ਆ ਸਾਡੇ ਜਿਹੜੇ ਦੇ ਨਾਲ। ਸਹੀ ਸਹੀ। ਇੱਥੇ ਹੋਰ ਖੂਹ ਕਿਹੜੇ ਕਿਹੜੇ ਸਨ ਨਾਲ ਪਿੰਡਾਂ ਦੇ ਵਿੱਚ? ਖੂਹ ਜਿੱਥੇ ਸਨ 50-55 ਖੂਹ ਸਨ ਇੱਥੇ। ਹਾਂ। ਜਿਹੜਾ ਤਗੜਾ ਖੂਹ ਕਿਹੜਾ ਵੱਜਦਾ ਸੀ ਕਿਸੇ ਬੰਦੇ ਦਾ ਡੇਰਾ? ਡੇਰਾ ਖੂਹ ਨਾਮ ਹੁੰਦਾ ਨਾ ਖੂਹ ਦਾ ਕਈ। ਅੱਛਾ ਜੀ ਬਾਬਾ ਜੀ, ਖੂਹਾਂ ਦਾ ਪੁੱਛ ਰਹੇ ਸਾਂ ਅਸੀਂ, ਵਿੱਚ ਜਾਨ ਆ ਗਈ ਤੇ ਫਿਰ ਸਾਨੂੰ ਬੰਦ ਕਰਨਾ ਪਿਆ। ਸਾਰੇ ਦੱਸ ਆਲੇ ਦੁਆਲੇ ਜਿਹੜੇ ਖੂਹ ਵੱਜਦੇ ਸਨ ਸਿੱਖਾਂ ਦੇ ਉਹਨਾਂ ਦੇ ਨਾਂ ਦੱਸੋ। ਅੱਛਾ ਪੁਲਰਾਣਾ। ਹਾਂਜੀ ਪੁਲਰਾਣਾ। ਪੁਲਰਾਣਾ ਦਾ ਠੀਕ ਹੋ ਗਿਆ। ਅੱਗੇ ਸੀ ਨੰਗ ਦਾ ਖੂਹ। ਹਾਂਜੀ। ਅੱਗੇ ਸੀ ਤੇਜਾ ਸਿੰਘ ਦਾ ਖੂਹ। ਤੇਜਾ ਸਿੰਘ ਦਾ ਖੂਹ ਇਹਦਾ ਸਨ ਇੱਧਰ। ਫਿਰ ਅੱਗੇ ਸੀ ਪੱਕੇ ਡੇਰੇ ਖੂਹ। ਹਾਂਜੀ। ਅੱਗੇ ਤਰੇਕਾਂ ਦਾ ਖੂਹ। ਸਹੀ। ਪੰਮਿਆਂ ਦਾ ਖੂਹ। ਸਹੀ ਹੋ ਗਿਆ। ਡੱਡੀਆਂ ਨੇ ਖੂਹ। ਇਹ ਡੇਰੇ ਉਦੋਂ ਇਹਨਾਂ ਦੇ ਵੱਸਦੇ ਸਨ ਉੱਥੇ? ਵੱਸਦੇ ਸਨ। ਪਰ ਰਮਾਣਾ ਉੱਥੇ ਖੂਹ, ਹੱਲੇ ਵਾਲੇ ਵੀ ਖੂਹ। ਸਹੀ ਹੋ ਗਿਆ। ਸਹੀ ਹੋ ਗਿਆ। ਗੋਰੇ ਵਾਲੇ ਵੀ ਖੂਹ। ਠੀਕ ਹੋ ਗਿਆ। ਫਿਰ ਜੋ ਜਾਣੋ ਤੋਂ ਪਰਾਂ ਠੀਕ ਹੋ ਗਿਆ। ਪਿੰਡ ਦੇ ਵਿੱਚ ਵੀ ਖੂਹ ਹੈ ਸਨ ਪਾਣੀ ਪੂਣੀ ਭਰਨ ਵਾਸਤੇ? ਨਹੀਂ ਸਰ। ਉਹ ਕਿਹੜੀ ਸਾਈਡ ਦੇ ਸਨ? ਇੱਕ ਤੇ ਖੂਹ ਅਤੇ ਜਸਮ ਦਾ ਵੱਜਦਾ ਸੀ। ਹਾਂਜੀ। ਦੂਸਰਾ ਉੱਥੇ ਉਹਨੂੰ ਉਹ ਪੱਤੀ 'ਚ ਉਹਨੇ ਸੜਦੇ ਨੇ ਬੁੱਢੇ ਕਿਆਰੀ ਪੱਤੀ। ਹਾਂਜੀ। ਉੱਥੇ ਵੀ ਖੂਹ ਸੀ, ਉੱਥੋਂ ਦੁਕਾਨਾਂ ਪੈ ਗਈਆਂ ਉੱਥੇ। ਸਹੀ ਸਹੀ। ਪੂਰ ਪਾਰ ਦਿੱਤੇ ਨੇ ਖੂਹ? ਖੂਹ ਪੂਰੇ ਗਏ। ਇਹ ਜਿਹੜੇ ਬਾਬਾ ਸਤੂ ਪੀਰ ਸਨ, ਹਾਂ ਇਹਨਾਂ ਦਾ ਮੇਲਾ ਕਦੋਂ ਲੱਗਦਾ? ਇਹ ਨੌ ਚੇਤਰ ਦੀ। ਨੌ ਚੇਤਰ ਦੀ? ਬਾਬਾ ਭਾਰੀ ਮੇਲਾ। ਮੇਲਾ ਬਾਬਾ ਲੱਗਦਾ ਸੀ, ਹੁਣ ਤਾਂ ਘੱਟ ਗਿਆ। ਅੱਛਾ ਹੁਣ ਘੱਟ ਗਿਆ। ਸਹੀ ਹੋ ਗਿਆ। ਅਤੇ ਇਹ ਦੱਸੋ ਜੀ, ਜਦੋਂ 47 ਦੀ ਵੰਡ ਹੋਈ ਉਦੋਂ ਕਿੱਦਾਂ ਪਤਾ ਲੱਗਾ ਸਿੱਖ ਕਦੋਂ ਆਰਾਮ ਨਾਲ ਹੀ ਗਏ ਨੇ ਇੱਥੋਂ ਕਿ ਜਾਂ ਉਹਨਾਂ ਰੁੱਕ ਵੱਡ ਹੋਈ? ਇੱਥੇ ਜੀ ਸਾਡੇ ਕੋਈ ਗੱਲ ਨਹੀਂ ਹੋਈ। ਹਾਂਜੀ। ਅਸੀਂ ਇੱਥੇ ਸਰ ਇਲਾਕਾ ਸਾਰਾ ਸਿੱਖਾਂ ਦਾ ਇੱਥੇ ਸਾਰਾ ਪੰਪ ਹੀ ਸੀ। ਕਿਹੜਾ? ਜਿੱਥੇ ਬੈਠੇ। ਹਾਂਜੀ। ਪਿੰਡ 'ਤੇ ਮਕਾਨਾਂ ਤੋਂ ਪਰਾਂ ਪਰਾਂ ਸੀ ਨਾ। ਹਾਂਜੀ। ਇਹ ਸਾਰਾ ਕੰਪ ਸੀ ਸਿੱਖਾਂ ਦਾ, ਆਹ ਇਲਾਕਾ ਸਾਰਾ ਆ ਗਿਆ ਸੀ ਇੱਥੇ ਆ ਗਿਆ। ਵਰਨਾ ਜੇ ਇੱਥੇ ਆਉਣ ਜਾਂਦੇ ਸੱਚੇ ਸਬਦੇ ਨੇ। ਹਾਂਜੀ। ਉਹਨਾਂ ਦਾ ਟਿਕਾਣਾ ਜੀ ਸੀ ਉਹ, ਉਹਦੇ ਲਈ ਜਿਹੜੇ ਸਨ ਉਹ ਇਮਨਾਬਾਦ ਨੂੰ ਜਾਂਦੇ ਸਨ। ਸਹੀ। ਉਹਦੇ ਲਈ ਉਹ ਨੜਕਾਣੇ ਨੂੰ ਜਾਂਦੇ ਸਨ। ਸਹੀ ਸਹੀ। ਆਪੋ ਆਪਣੇ ਟਿਕਾਣੇ ਨੂੰ ਭੱਜੇ ਸਨ। ਨਹੀਂ ਤੁਹਾਡੇ ਪਿੰਡ ਦੇ ਜਿਹੜੇ ਸਿੱਖ ਸਨ ਇਹ ਸੱਚੇ ਸਬਦੇ ਗਏ ਚੂੜਕਾਣੇ? ਇੱਥੇ ਕੋਈ ਜੱਥਾ ਪਿਆ, ਕੋਈ ਹਮਲਾ ਹੋਇਆ? ਨਹੀਂ ਕੋਈ ਨਹੀਂ ਹੋਇਆ, ਆਰਾਮ ਨਾਲ ਹੀ ਗਏ ਨੇ। ਕੋਈ ਨਹੀਂ। ਗੱਡਿਆਂ 'ਚ ਗਏ ਨੇ ਕਿ ਪੈਦਲ ਗਏ? ਪੈਦਲ ਹੀ। ਗੱਡਾ ਗੱਡੇ ਘੱਟ ਹੀ ਹੁੰਦੇ ਸਨ, ਗੱਡਾ ਹੁੰਦਾ ਕਦੋਂ ਸੀ ਪਿਆ। ਅਤੇ ਘਰਾਂ ਨੂੰ ਤਾਲੇ ਤੂਲੇ ਲਾ ਗਏ ਨੇ ਕਿ ਉਹਦੀ ਸਮਾਨ ਲੈ ਗਏ ਆਪਣਾ?
ਨਹੀਂ ਜੀ ਸਮਾਨ ਤੋਂ ਲਈ ਜਾਂਦੇ ਨੇ ਸਾਨੂੰ ਵੇਖਿਆ ਝੂਠ ਮਾਰਨਾ ਅਸੀਂ ਤਾਂ ਬੰਨੇ ਸਾਡੇ ਤਾਂ ਉਹ ਫਰੇ ਜਾਂਦੇ ਵੇਖੇ ਨੇ ਸਹੀ ਸਹੀ ਸਮਾਨ ਉਹਨਾਂ ਨੂੰ ਆਪਣੇ ਪੈਸੇ ਸਮਾਨ ਨੂੰ ਉੱਥੋਂ ਕੱਢ ਕੇ ਦੇਈ ਤਾਂ ਸੁਣਦੇ ਤਾਂ ਕੰਪ 'ਤੇ ਕਿੰਨੇ ਦਿਨ ਲੱਗਾ ਰਿਹਾ ਜੀ ਤਾਂ ਫਿਰ ਕਿੱਧਰ ਗਿਆ ਸਮਾਨ ਉਹਨਾਂ ਦਾ ਉਹਦੇ ਬਾਰੇ ਵੀ ਦੱਸੋ ਅੱਲਾ ਜਾਣੇ ਫਿਰ ਅਸੀਂ ਆਪ ਨੱਸ ਗਏ ਜਿੰਦਾਲੇ ਟੁੱਟ ਗਏ ਤੁਸੀਂ ਕਿਉਂ ਨੱਸ ਗਏ ਸੀ ਇੱਧਰ ਸਿੱਖ 'ਚ ਬਹੁਤੇ ਆ ਗਏ ਅਸੀਂ ਸਾਡਾ ਨੁਕਸਾਨ ਕਰਦੇ ਸੀ ਆਪ ਜਿੰਦਾਲੇ ਭੱਜ ਗਏ ਤੁਹਾਡੇ ਮੁਸਲਮਾਨ ਡਰ ਗਏ ਕਿ ਡਰ ਕੇ ਜਿੰਦਾਲੇ ਅਸੀਂ ਭੱਜ ਗਏ ਜਿੰਦਾਲੇ ਕੌਣ ਬੈਠਾ ਸੀ ਤੁਹਾਡਾ ਚੀਂਬਿਆਂ ਦੇ ਘਰ ਰੱਖ ਕੇ ਗਏ ਅੱਛਾ ਅੱਛਾ ਚੀਂਬਿਆਂ ਦੇ ਘਰ ਰਹੇ ਹੋ ਆਹੋ ਤੇ ਉਸ ਤੋਂ ਬਾਅਦ ਫਿਰ ਇੱਥੋਂ ਜਦੋਂ ਚਲੇ ਗਏ ਕਿਹੜੇ ਕਿਹੜੇ ਆਬਾਦੀਆਂ ਇੱਥੇ ਆਬਾਦ ਹੋਏ ਲੋਕ ਆ ਕੇ ਲੋਕ ਲੁਧਿਆਣੇ ਦੇ ਵੀ ਅੰਮ੍ਰਿਤਸਰ ਦੇ ਵੀ ਸਾਰੇ ਜ਼ਿਲ੍ਹੇ ਨੇ ਕੋਈ ਨਾ ਕੋਈ ਬੈਠਾ ਜ਼ਿਆਦਾ ਕਿਹੜੀ ਬਰਾਦਰੀ ਆਈ ਹੈ ਬਰਾਦਰ ਤੇ ਬੋਲੇ ਲੁਧਿਆਣੇ ਦੇ ਨਹੀਂ ਕਿਹੜੀ ਬਰਾਦਰੀ ਦੇ ਲੋਕ ਆਏ ਰਾਜਪੂਤ ਰਾਜਪੂਤ ਆਏ ਨੇ ਕੋਈ ਮਲਾ ਆਏ ਨੇ ਹਾਂਜੀ ਉਹ ਵੀ ਬਰਾਦਰੀ ਚੋਖੀ ਸਹੀ ਹੋ ਗਿਆ ਕਦੀ ਰਾਬਤਾ ਹੋਇਆ ਪੁਰਾਣੇ ਬੰਦਿਆਂ ਨਾਲ ਉਹ ਜੀ ਰੋਲੇ ਤੋਂ ਪਿੱਛੇ ਇੱਕ ਦੋ ਸਾਲ ਇੱਥੇ ਹੁੰਦਾ ਰਿਹਾ ਆਉਂਦੇ ਰਹੇ ਨੇ ਬੰਗਲੇ ਵਾਲੇ ਸਾਲਦਾਰ ਹਾਂਜੀ ਹੁੰਦਾ ਰਿਹਾ ਉਹਦੇ ਪਿੱਛੇ ਕੋਈ ਨਹੀਂ ਗੱਲ ਦੱਸੋ ਆਪਣੇ ਪਿੰਡ ਦੀ ਉਹਨਾਂ ਦੇ ਤਾਂ ਬਾਰੀ ਸਾਲੀ ਆਉਣੀ ਇਹ ਰੀਤਾਂ ਨਹੀਂ ਕਿੱਥੋਂ ਦੀ ਗੱਲ ਸੁਣਾ ਰਹੇ ਹੋ ਆਪਣੇ ਪਿੰਡ ਦੀ ਕਿੱਥੇ ਰੀਤਾਂ ਆ ਰਹੀਆਂ ਇਹ ਬਾਬੇ ਸੱਤੂ ਪੀਰ ਬਣਾਉਂਦੇ ਸਨ ਹਾਂਜੀ ਉਹ ਰੀਤਾਂ ਹਰ ਘਰ ਇੱਕ ਇੱਕ ਦੋ ਦੋ ਬੱਕਰੇ ਨੇ ਪੁੱਤਰਾਂ ਵਾਸਤੇ ਦਿੰਦੇ ਸਨ ਉਹਨੇ ਜਾਣਾ ਨਾਲ ਉਹਨਾਂ ਦਾ ਬੜਾ ਸੀ ਜਾਂ ਬਾਹਮਣ ਹੋਣਾ ਹਾਂਜੀ ਉਹਦੇ ਕੰਨ ਨੂੰ ਲਾਉਣੀ ਟੱਕੀ ਹਾਂਜੀ ਜਾਨਵਰ ਦੇ ਨੂੰ ਹਾਂਜੀ ਉਹ ਲਾ ਕੇ ਟੱਕੀ ਉਹ ਖੂਨ ਬੱਚੇ ਦੇ ਮੱਥੇ ਦੇ ਜਿਹਦੇ ਨਾਂ ਦਾ ਕਰਦੇ ਸਨ ਅੱਛਾ ਤਿਲਕ ਲਗਾਉਣਾ ਹਾਂਜੀ ਉਹ ਫਿਰ ਛੱਡਣ ਖੁੱਲ੍ਹਾ ਹੀ ਸਹੀ ਉਹ ਫਿਰ ਸਾਰੇ ਸਾਰੇ ਮੁਸਲਮਾਨ ਵੀ ਲਿਆਉਂਦੇ ਸਨ ਅੱਛਾ ਮੁਸਲਮਾਨ ਵੀ ਮੰਨਦੇ ਸਨ ਨਹੀਂ ਨਹੀਂ ਭਾਰੂ ਅੱਛਾ ਅੱਛਾ ਉਹ ਲੈਣੇ ਘਰੋਂ ਨੇ ਤਬੀਰ ਕਰਨੀ ਗੋਲ ਤੇ ਸਰੀ ਤੇ ਖਲ ਤੇ ਖਰੌੜੇ ਉਹ ਤੇ ਕਰੀ ਨਾਲ ਟੰਗ ਆਉਣੀ ਇਹ ਨਹੀਂ ਆ ਕੋਈ ਰੱਖਦਾ ਉੱਥੇ ਟੰਗਦੇ ਸਨ ਸੁੱਕ ਜਾਣੇ ਕਈ ਸਾਲ ਪਈਆਂ ਰਹਿੰਦੀਆਂ ਉਹ ਝਟਕਾ ਕੱਢਦੇ ਸਾਡੇ ਤਕਬੀਰ ਕਰਦੇ ਸਨ ਉਦੋਂ ਤੁਸੀਂ ਜਦੋਂ ਰਹਿੰਦੇ ਸਨ ਸਿੱਖਾਂ ਨਾਲ ਤੁਹਾਡਾ ਕਿਵੇਂ ਦਾ ਵਰਤਾਓ ਹੁੰਦਾ ਸੀ ਜਾਂ ਉਹਨਾਂ ਦਾ ਤੁਹਾਡੇ ਨਾਲ ਕਿਵੇਂ ਦਾ ਹੁੰਦਾ ਸੀ ਵਰਤਾਓ ਜੀ ਬਿਲਕੁਲ ਸਹੀ ਸੀ ਹਾਂਜੀ ਵਿਆਹ ਸ਼ਾਦੀ ਜਾਂਦੇ ਸੀ ਤੁਸੀਂ ਨਹੀਂ ਜੀ ਵਿਆਹ ਸ਼ਾਦੀ 'ਚ ਨਹੀਂ ਜਾਂਦੇ ਹਾਂਜੀ ਸਿਰਫ ਮੇਰੇ ਭਾਅ ਜੀ ਉਹਨਾਂ ਦੇ ਸੁੱਕਾ ਰਾਸ਼ਨ ਦੇਣਾ ਅਤੇ ਸੁੱਕਾ ਲੈਣਾ ਤੁਸੀਂ ਉਹਨਾਂ ਨੂੰ ਤੁਹਾਡਾ ਉਹਨਾਂ ਹਾਂ ਸੁੱਕੇ ਚੌਲ ਦੇ ਜਾਣੇ ਸੂਜੀ ਦੇ ਜਾਣੀ ਮਿੱਠਾ ਦੇ ਜਾਣਾ ਉਹਨਾਂ ਦੀ ਸ਼ਾਦੀ ਹੋਣੀ ਸਾਡੇ ਵੀ ਸੁੱਕਾ ਉੱਧਰ ਘੱਲ ਦੇਣਾ ਸਹੀ 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 ਸੁੱਕਾ ਰਾਸ਼ਨ ਦੇ ਭਾਅ ਜੀ ਇਹ ਸੀ ਅਤੇ ਕੋਈ ਦੁਸ਼ਮਣੀ ਦੁਸ਼ਮਣੀ ਤਾਂ ਨਹੀਂ ਸੀ ਆਪਸ ਉਹਨਾਂ ਦੀ ਸਿੱਖਾਂ ਦੀ ਸਿੱਖਾਂ ਦੀ ਆਪੇ ਹੀ ਰਹਿੰਦੀ ਸੀ ਤੇ ਹਾਂਜੀ ਆਪੇ ਹੀ ਰਹਿੰਦੀ ਸੀ ਕਿਸੇ ਨਾ ਕਿਸੇ ਘਰ ਕਿਹੜੇ ਕਿਹੜੇ ਘਰਾਂ ਦੀ ਸੀ ਅੱਛਾ ਮਾਨ ਸਿੰਘ ਹੁੰਦਾ ਸੀ ਪਿੰਡ 'ਚ ਹਾਂਜੀ ਉਹਨਾਂ ਦੇ ਕਿਹਨਾਂ ਨਾਲ ਸੀ ਉਹ ਸਾਰੇ ਪਿੰਡ ਨੇ ਸੀ ਕਦੇ ਕਿਸੇ ਨਾਲ ਲੜ ਪਏ ਕਦੇ ਕਿਸੇ ਨੂੰ ਪੱਕੀ ਤੁਸੀਂ ਮਿਲਣੀ ਕਿਸੇ ਨਾਲ ਬੰਦਾ ਬੁੰਦਾ ਤਾਂ ਨਹੀਂ ਮਰਿਆ ਉਹਨੂੰ ਉਹਨਾਂ ਮੁੱਲਾ ਮੁੰਡੇਰੀਆ ਮੁੱਲਾ ਮੁੰਡੇਰੀਆ ਕਰੇ ਸਾਡੇ ਮੁੰਡੇਰੀਆ ਠੀਕ ਹੋ ਗਿਆ ਜੀ ਬਜ਼ੁਰਗੋ ਬਹੁਤ ਮਿਹਰਬਾਨੀ